If you like my channel, please subscribe it and also press the bell icon for latest updates. ਅੱਜ ਮੈਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਮੇਰੇ ਨਾਲ ਅੱਜ ਦੁਨੀਆ ਦਾ ਚਿੱਟਾ ਬਾਂਦਰ ਹੈਗਾ ਜਿਹੜਾ ਨਾਇਆਬ ਬਾਂਦਰ ਹੈਗਾ ਮੇਰੇ ਨਾਲ ਬੈਠਾ ਹੈਗਾ ਅਤੇ ਪਹਿਲੀ ਗੱਲ ਹੈਗੀ ਹੈ ਕਿ ਮੈਂ ਇਹਨੂੰ ਵੇਖ ਕੇ ਤਾਂ ਬਹੁਤ ਜ਼ਿਆਦਾ ਖੁਸ਼ ਹੈਗਾ। ਇਹੋ ਜਿਹਾ ਬਾਂਦਰ ਮੈਂ ਜਦੋਂ ਚਿੜੀਆ ਘਰ ਛੋਟਾ ਹੁੰਦਾ ਸੀ ਜਾਂਦਾ ਹੁੰਦਾ ਸੀ ਅਤੇ ਉੱਥੇ ਵੇਖੀਦਾ ਹੁੰਦਾ ਸੀ ਅਤੇ ਕਦੀ ਇੱਧਰ ਉੱਧਰ ਚਾਲਾ ਮਾਰਦਾ ਹੁੰਦਾ ਸੀ, ਕਦੀ ਇੱਧਰ ਜਾਂਦਾ ਸੀ, ਕਦੀ ਉੱਧਰ ਜਾਂਦਾ ਸੀ। ਲੇਕਿਨ ਜ਼ਿੰਦਗੀ 'ਚ ਪਹਿਲੀ ਵਾਰ ਮੈਂ ਚਿੱਟਾ ਬਾਂਦਰ ਆਪਣੇ ਸਾਹਮਣੇ ਵੇਖ ਰਿਹਾ ਅਤੇ ਮੈਨੂੰ ਵੇਖ ਕੇ ਤਾਂ ਇੰਤਹਾਈ ਖੁਸ਼ੀ ਹੋ ਰਹੀ ਹੈ। ਕਾਸ਼ ਮੇਰਾ ਅੱਬਾ ਵੀ ਜਿੰਦਾ ਹੁੰਦਾ ਅਤੇ ਉਹ ਵੀ ਇੱਥੇ ਹੁੰਦਾ ਅਤੇ ਮੈਂ ਇਹਦੇ ਨਾਲ ਤਸਵੀਰ ਖਿਚਾਉਂਦਾ ਆਪਣੇ ਅੱਬੇ ਦੀ। ਇਹਨੂੰ ਵੇਖ ਕੇ ਮੇਰਾ ਇੱਕ ਸਕੂਲ ਦਾ ਬੱਚਾ ਹੁੰਦਾ ਸੀ, ਬਹੁਤ ਹੀ ਜ਼ਿਆਦਾ ਚਵਲ ਹੁੰਦਾ ਸੀ, ਉਹ ਯਾਦ ਆਉਂਦਾ ਜਿਹੜਾ ਸਾਡੇ ਬਸਤਿਆਂ 'ਚੋਂ ਟਾਫੀਆਂ ਚੋਰੀ ਕਰ ਲਿਆਉਂਦਾ ਸੀ ਅਤੇ ਯਾਦ ਮੈਨੂੰ ਇਸ ਕਰਕੇ ਆਉਂਦਾ ਕਿ ਉਹਨੇ ਮੇਰੀ ਵੀ ਕਈ 4-5 ਵਾਰੀ ਟਾਫੀਆਂ ਚੋਰੀਆਂ ਕੀਤੀਆਂ ਸੀ। ਮੇਰਾ ਦਿਲ ਕਰਦਾ ਕਿ ਮੈਂ ਚਿੱਟੇ ਬਾਂਦਰ ਨੂੰ ਕਿਤੇ ਨਾ ਸਰਕਸ 'ਚ ਪਵਾ ਦਾਂ ਤਾਂ ਕਿ ਸਾਡੀ ਮੁਲਕ ਦੀ ਇਕੋਨਮੀ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇ ਅਤੇ ਅਸੀਂ ਦੁੱਬੜਾ ਕੁਛ ਜ਼ਰਾ ਮੁਬਾਦਲਾ ਕਮਾਈਏ ਅਤੇ ਇਹਦੇ ਟਿਕਟਾਂ ਲਵਾਈਏ ਅਤੇ ਉੱਥੇ ਇੰਦੂ ਨਚਾਈਏ ਅਤੇ ਇਹਦੇ ਸਰਕਸ ਲਵਾਈਏ ਅਤੇ ਜਿਹਦੇ ਨਾਲ ਸਾਡੇ ਮੁਲਕ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਹੈ। ਅਤੇ ਤੁਸੀਂ ਜਾਣਦੇ ਹੋ ਕਿ ਅਗਰ ਇਹੋ ਜਿਹੇ ਲੋਕ ਸਾਡੇ ਸਰਕਸ ਦੇ ਵਿੱਚ ਕੰਮ ਕਰਨਗੇ ਤਾਂ ਫਿਰ ਕਿੰਨਾ ਕੁ ਫਾਇਦਾ ਹੋਏਗਾ ਸਾਡੇ ਮੁਲਕ ਨੂੰ ਅਤੇ ਕਿੰਨਾ ਕੁ ਪੈਸਾ ਸਾਡੇ ਮੁਲਕ 'ਚ ਆਏਗਾ। ਦੂਰੋਂ ਦੂਰੋਂ ਲੋਕ ਵੇਖਣ ਆਉਣਗੇ ਅਤੇ ਪੈਸਾ ਹੀ ਪੈਸਾ ਹੋ ਜਾਣਾ, ਅੱਗੇ ਪਿੱਛੇ ਅੱਗੇ ਹੀ ਤਾਂ ਅਸਾਂ ਤੇਲ ਵਾਸਤੇ ਲੜਦੇ ਹਾਂ, ਕਦੇ ਇੱਧਰ ਜਾਂਦੇ ਹਾਂ, ਕਦੇ ਉੱਧਰ ਜਾਂਦੇ ਹਾਂ। ਫਿਰ ਅਸਾਂ ਅਰਬੀਆਂ ਤੋਂ ਵੀ ਪੈਸੇ ਨਹੀਂ ਮੰਗਾਂਗੇ, ਕਿਸੇ ਤੋਂ ਵੀ ਨਹੀਂ ਮੰਗਾਂਗੇ ਅਤੇ ਇਹੋ ਜਿਹੇ ਬਾਂਦਰਾਂ ਨੂੰ ਅਸਾਂ ਸਰਕਸ 'ਚ ਨਚਾਵਾਂਗੇ ਅਤੇ ਫਿਰ ਇਹਨਾਂ ਤੋਂ ਪੈਸੇ ਕਮਾਵਾਂਗੇ ਅਤੇ ਫਿਰ ਲਟਾਵਾਂਗੇ ਅਤੇ ਮੌਜਾਂ ਮਾਰਾਂਗੇ ਵੀ ਅਤੇ ਹੋਰ। ਕਦੀ ਕਦੀ ਮੈਨੂੰ ਲੱਗਦਾ ਕਿ ਚਿੱਟਾ ਬਾਂਦਰ ਨਹੀਂ ਹੈਗਾ, ਇਹਨੇ ਨਾ ਮਾਸਟਰ ਪੇਂਟ ਦਾ ਪੇਂਟ ਕਰਾਇਆ ਆਪਣੇ ਸਿਰ 'ਤੇ, ਲੇਕਿਨ ਫਿਰ ਮੈਨੂੰ ਯਕੀਨ ਆ ਜਾਂਦਾ ਹੈ ਕਿ ਚਿੱਟਾ ਬਾਂਦਰ ਹੀ ਹੈਗਾ ਕਿਉਂਕਿ ਇਹਦੀ ਸ਼ਕਲ ਹੀ ਵੇਖ ਲਓ ਤੁਸੀਂ, ਸ਼ਕਲੋਂ ਹੀ ਲੱਗਦਾ ਹੈਗਾ ਜਿੱਦਾਂ ਇਹ ਉੱਤੋਂ ਲੈ ਕੇ ਥੱਲੇ ਤੱਕ ਚਿੱਟਾ ਹੈਗਾ। ਮੈਨੂੰ ਲੱਗਦਾ ਹੈਗਾ ਕਿ ਲੋਕ ਕਰੀਮ ਮੂੰਹ 'ਤੇ ਲਾਉਂਦੇ ਹੈਗੇ, ਇਹ ਲੱਗਦਾ ਬ੍ਰੈਡ ਉੱਤੇ ਲੱਗ ਕੇ ਰੱਖ ਕੇ ਖਾਂਦਾ ਹੁੰਦਾ ਸੀ ਕਰੀਮ, ਇਸ ਕਰਕੇ ਐਡਾ ਚਿੱਟਾ ਹੋ ਗਿਆ। ਹਾਂ ਵੀ ਦੱਸ ਕਿਉਂ ਚਿੱਟਾ ਹੈਗਾ ਵੀ ਤੂੰ, ਇਹ ਤੌਣਾ ਹੀ ਲਾ ਚੁੱਪ ਕਰਕੇ ਜਵਾਬ ਦੇ। ਵਹ ਬਹੁ ਵੀ ਤੂੰ ਚਵਲ ਕਿਸਮ ਦਾ ਇਨਸਾਨ ਹੈਗਾ, ਤੈਨੂੰ ਮੈਂ ਕਿੰਨੀ ਵਾਰ ਕਿਹਾ ਕਿ ਛੋਟੀਆਂ ਛੋਟੀਆਂ ਗੱਲਾਂ ਨੂੰ ਉਹਨਾਂ ਦਾ ਐਡੀਆਂ ਵੱਡੀਆਂ ਨਾ ਬਣਾਇਆ ਕਰ, ਐਡੀ ਵੱਡੀ ਗੱਲ ਕਰਤੀ ਹੈ ਤੂੰ ਮੇਰੇ ਬਾਰੇ 'ਚ। ਮੈਂ ਤਾਂ ਐਡਾ ਵੱਡਾ ਹੈਗਾ ਵੀ ਨਹੀਂ ਹੈ, ਤੂੰ ਐਵੇਂ ਚਵਲਾਂ ਮਾਰੀ ਜਾਂਦਾ ਕਿੰਨੀ ਦੇਰ ਦਾ ਬੈਠਾ ਬੈਠਾ ਇੱਥੇ, ਐਡੀ ਦੇਰ ਦਾ ਭੌਂਕੀ ਜਾਂਦਾ ਕਿ ਮੂੰਹ ਨੂੰ ਕੁੱਤਾ ਬਣੀ ਹੈ, ਤੂੰ ਚਵਲਾ ਕਦੀ ਚੁੱਪ ਵੀ ਹੋ ਜਾਇਆ ਕਰ। ਪਤਾ ਨਹੀਂ ਕਿਹੜੀ ਫੱਕੀ ਖਾਨਾ ਜਿਹੜਾ ਤੇਰਾ ਮੂੰਹ ਹੀ ਨਹੀਂ ਚੁੱਪ ਹੁੰਦਾ, ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ। ਬੰਦਾ ਕੋਈ ਗੱਲ ਢਿੱਡ 'ਚ ਵੀ ਰੱਖ ਲੈਂਦਾ, ਤੂੰ ਹਰ ਗੱਲ ਹੀ ਬਾਹਰ ਕੱਢ ਦਿੰਦਾ ਸਾਰੇ ਦੇ ਸਾਹਮਣੇ, ਉੱਤੋਂ ਬੈਠੇ ਵੀ ਇੱਥੇ ਮੀਡੀਆ ਵਾਲੇ ਜਿਹੜੀ ਛੋਟੀ ਗੱਲ ਨੂੰ ਐਡਾ ਵੱਡਾ ਕਰ ਦਿੰਦੇ ਹੈਗੇ ਆ। ਤੂੰ ਸਵਾਲ ਕੀਤਾ ਸੀ ਮੈਂ ਫੈਰਨ ਲਵਲੀ ਲਾਉਂਦਾ ਹੈ ਕਿ ਖਾਣਾ ਹੈਗਾ, ਉਹ ਮੈਂ ਖਾਣਾ ਹੈਗਾ ਤਾਂ 3 'ਚ 4-4 5-5 ਵਾਰ ਖਾਣਾ ਹੈਗਾ ਹੈ, ਬਾਹਰੋਂ ਤਾਂ ਮੈਂ ਪਦਾਇਸ਼ੀ ਚਿੱਟਾ ਹੈਗਾ ਸੀ, ਲੇਕਿਨ ਮੇਰੀ ਮਾਂ ਕਹਿੰਦੀ ਸੀ ਪੁੱਤਰ ਤੂੰ ਅੰਦਰੋਂ ਬਹੁਤ ਜ਼ਿਆਦਾ ਕਾਲਾ ਹੈਗਾ, ਅੰਦਰੋਂ ਤੇਰੇ ਸਾੜ ਫੱਕੀ ਹੋਈ ਆ, ਅਤੇ ਇਸ ਕਰਕੇ ਮੇਰੀ ਅੰਮੀ ਜੀ ਮੈਨੂੰ ਇੰਡਾ ਸਾਰਾ ਫੈਰਨ ਲਵਲੀ ਖਵਾ ਦਿੰਦੇ, ਬੜਾ ਸਵਾਦੀ ਹੁੰਦਾ ਸੀ, ਮੈਨੂੰ ਅੰਦਰ ਤੱਕ ਖਵਾ ਦਿੰਦੀ ਸੀ, ਤਾਂ ਜਿਹਦੇ ਨਾਲ ਮੈਂ ਅੰਦਰੋਂ ਵੀ ਚਿੱਟਾ ਹੋਣ ਦੀ ਕੋਸ਼ਿਸ਼ ਕਰ ਰਿਹਾ, ਆ ਕੇ ਕੋਸ਼ਿਸ਼ ਕਰ ਰਿਹਾ, ਦੁਆ ਕਰੋ ਮੈਂ ਹੋ ਜਾਵਾਂ।